ਸਾਹਮਣੇ ਸਾਡੇ ਤੇ ਇੱਕ ਐਂ ਹੁੰਦਾ ਜਦੋਂ ਆਗੂ ਜਾਂਦੇ ਆ ਨਾ, ਮਤਲਬ ਅਸੀਂ 50 ਤਾਂ ਹੈ ਹੀ ਉੱਥੇ, ਆਰਗਨਾਈਜੇਸ਼ਨ ਛੋਟੀ ਹੈ ਜਿਹੜੀ ਵਧੀ ਹੈ, ਹਰੇਕ ਦੇ ਨਾਲ ਮਤਲਬ ਇੱਕ ਦੋ ਦੋ ਮੁੰਡੇ ਵੀ ਮੁੰਡੇ ਵੀ ਹੈ ਜਿਹੜੇ ਅਸੀਂ ਆਪਦੇ ਨਾਲ ਆਏ, ਉਹ ਅਸੀਂ ਜਾਂਦੇ ਹਾਂ ਜਿਹਦੇ ਅਸੀਂ ਗਏ ਹਾਂ। ਹਾਲਾਂਕਿ ਅਸੀਂ ਅਨਾਊਂਸ ਕਰਕੇ ਗਏ ਹਾਂ ਵੀ ਅਸੀਂ ਜਾਣਾ, ਅਸੀਂ ਆਗੂਆਂ ਆਗੂਆਂ ਨੇ ਜਾਣਾ, ਤੁਸੀਂ ਕਿਸੇ ਨੇ ਅੱਗੇ ਨਹੀਂ ਹੋਣਾ, ਸਾਡਾ ਕੰਮ ਹੈ। ਮੁੰਡੇ ਗਏ, ਮੁੰਡੇ ਸਾਡੇ ਪਿੱਛੇ ਪਹਿਲਾਂ ਤਾਂ ਸਾਡੇ ਤੋਂ ਉਹਨਾਂ ਨੇ ਪੰਜ ਚੀਜ਼ ਦਾ ਗੋਲੇ ਮੂਹਰਲੇ ਪਾਸੇ ਮਾਰੇ, ਪੰਜ ਛੇ ਸਾਡੇ ਟਪਾ ਕੇ ਅਗਲੇ ਪਾਸੇ ਮਾਰੇ, ਪਿੱਛੇ ਵੀ ਜਿਹੜੀ ਤੁਹਾਨੂੰ ਗੋਲੀ ਪੈ ਗਈ ਨਹੀਂ, ਉਹ ਉਹਨੂੰ ਅਸੀਂ ਸੰਭਾਲ ਗਏ, ਲੰਘ ਗਏ ਸੀ ਜਿਹਦੇ ਅਸੀਂ ਉਹਦੀ ਉਮੀਦ ਹੀ ਲੰਘ ਗਏ, ਫਿਰ ਅਸੀਂ ਗਏ ਬਣ ਗਏ ਉੱਥੇ ਜੋ ਆਪਦੀ ਗੱਲ ਕਰਨੀ ਸੀ ਪ੍ਰੋਟੈਸਟ ਕਰਕੇ ਜਿਸ ਤਰ੍ਹਾਂ ਦਾ ਅਸੀਂ ਵਾਪਸ ਨੂੰ ਆਉਣ ਲੱਗੇ ਹਾਂ। ਵਾਪਸ ਆਉਂਦਿਆਂ ਦੇ ਫਿਰ ਉਹਨਾਂ ਨੇ ਸੱਦੇ, ਪਹਿਲਾਂ ਨਾਲ ਕੋਈ ਜ਼ਿਆਦਾ ਨੁਕਸਾਨ ਨਹੀਂ, ਮਗਰੋਂ ਤਾਂ ਇਹ ਲੱਗਿਆ ਜਿਵੇਂ ਨਾ ਕੋਈ ਸਪੈਸ਼ਲ ਕਿਸਮ ਦੇ ਗੋਲੀ ਸੁੱਟੀ ਕੈਮੀਕਲ ਆ ਗਏ, ਉਹਨਾਂ ਨਾਲ ਇਹ ਹੋਇਆ ਕਿ ਉਹ ਤਾਂ ਜਦੋਂ ਜਿਵੇਂ ਚੜ੍ਹਿਆ ਨਾ ਸਾਨੂੰ ਉਹਦੇ ਨਾਲ, ਤਾਂ ਮੈਨੂੰ ਉਦੋਂ 10 ਕਰਮਾਂ ਬਣਾ ਕੇ ਮੇਰੀਆਂ ਮਤਲਬ ਲੱਤਾਂ ਐਂ ਲੱਗਿਆ ਵੀ ਮਤਲਬ ਡਾਵਾਡੋਲ ਹੋ ਗਿਆ। ਮੁੰਡੇ ਸੀ ਨਾਲ ਮੇਰੇ, ਫਟੋਫਟ ਉਹਨਾਂ ਨੇ ਮੈਨੂੰ ਧੋਵਾ ਸਭ ਫੜ ਲਿਆ, ਆਇਆ ਤਾਂ ਫਿਰ ਮੈਂ ਟਰਾਲੀ 'ਚ ਕਰ ਤੁਰ ਕੇ ਹੀ ਹੌਸਲਾ ਜਿਹਾ ਕਰਕੇ, ਇੱਕ ਰਾਹ ਦੇ ਵਿੱਚ ਪ੍ਰੈਸ ਵਾਲੇ ਮੁੰਡੇ ਬਹੁਤ ਸੀਗੇ, ਉਹਨੂੰ ਮਤਲਬ ਕੀ ਹੋਇਆ ਕੀ ਹੋਇਆ ਕੀ ਹੋਇਆ, ਉਹਦੀ ਗੈਸ ਇੰਨੀ ਚੜ੍ਹੀ ਹੈ ਕਿ ਟਰਾਲੀ 'ਚ ਬੈਠਣ ਬੈਠਣ ਨੂੰ ਐਂ ਲੱਗਣ ਲੱਗ ਪਿਆ ਵੀ ਮਤਲਬ ਗਲਾ ਵੀ ਸਿਰ ਸਾਰਾ ਮਤਲਬ ਐਂ ਲੱਗੀ ਵੀ ਸਿਰ 'ਚ ਪਤਾ ਨਹੀਂ ਕੀ ਹੁੰਦਾ, ਛਾਤੀ ਵੀ ਮਤਲਬ ਭਾਰੀ ਹੋ ਗਈ, ਲੱਤਾਂ ਦੇ ਵਿੱਚੋਂ ਮਤਲਬ ਰਾਹ 'ਤੇ ਮੈਂ ਇੱਥੇ ਇੱਕ ਐਡਾ ਹੋ ਗਿਆ, ਮੈਂ ਕਦੇ ਕਿਸੇ ਦੇ ਲੱਤਾਂ ਨਹੀਂ ਮਿਲਣ ਪਾਈਆਂ, ਰਾਹ ਦੇ ਜਵਾਕਾਂ ਨੂੰ ਮੈਂ ਉਹ ਲੈ ਕੇ ਗਿਆ ਮੇਰੀ ਲੱਤਾਂ ਨਾਲ ਜ਼ਰੂਰ ਕਰੀ ਗਿਆ, ਅਤੇ ਬੜੇ ਤਕਲੀਫ ਸੀਗੇ। ਫਿਰ ਇੱਥੇ ਆਉਣਾ ਸੀ, ਮੁੰਡੇ ਦੀ ਡੈਥ ਹੋ ਗਈ ਸੀ ਸਾਡੇ ਦੀ, ਜਿਹੜਾ ਮੁੰਡੇ ਦੀ ਮੰਨ ਲਓ ਸ਼ੋਕਾ ਜੀ, ਹੁਣ ਉਹ ਤਾਂ ਇੱਥੇ ਹੀ ਸੀਗਾ, ਉਹ ਆ ਕੇ ਹਜੇ ਮੈਂ ਉਹਦੇ ਕੋਲ ਉੱਪੜਦਾ ਸੀਗਾ ਅਤੇ ਮੈਨੂੰ ਆਖਣ ਲੱਗੀ ਵੀ ਤੁਸੀਂ ਮੈਨੂੰ ਲੈ ਲੈ ਪੜ੍ਹ ਕੇ, ਅਤੇ ਸਾਰੇ ਕਹਿਣ ਲੱਗੇ ਤੂੰ ਪਹਿਲਾਂ ਦਵਾਈ ਲੈ, ਅਤੇ ਕਾਕਾ ਵੀ ਇੱਥੇ ਸੀਗਾ, ਮੈਨੂੰ ਕਹਿੰਦੇ ਕੋਈ ਕੰਮ ਕਿਹੜਾ ਕੰਮ ਹੋਇਆ ਕਹਾਣੀ ਉਹਨਾਂ ਤੋਂ ਦਵਾਈ ਲੈਣਾ, ਅਸੀਂ ਇਹਦੇ ਦਵਾਈ ਲੈਣਾ, ਉਹਦੇ 'ਚ ਉਹਨਾਂ ਨੇ ਸਾਨੂੰ ਐਡਮਿਟ ਕਰਕੇ ਫਿਰ ਉਹਨਾਂ ਨੇ ਟੀਕੇ ਟੂਕੇ ਪਾ ਕੇ ਡਾਕਟਰ ਕਰਨੀ ਸ਼ੁਰੂ ਕਰ ਲਈ, ਉਹਨੇ ਖਾਂ ਦੋ ਤਿੰਨ ਬੋਤਲ ਪਈਆਂ ਰਾਤੇ ਰਾਤ, ਇਹ ਜੋ ਕੁਛ ਹੋਇਆ ਹੁਣ ਮਤਲਬ ਕੁਛ ਸਟੇਬਲ।